ਇਧਰ ਅੱਧੀ ਰਾਤ ਜ਼ੋਰ ਦੀ ਬੱਦਲ ਕੜਕਿਆ, ਬਾਪੂ ਨੇ ਆਵਾਜ਼ ਮਾਰੀ, ਪੁੱਤ ਛਿੰਦਗੇ ਦੋ ਗੁੱਟਾਂ ਚਾਹ ਦੀਆਂ ਬਣਾ ਦੇ, ਧੀਏ ਅੱਜ ਪਾਣੀ ਦੀ ਵਾਰੀ ਏ। ਛਿੰਦੀ ਦੀ ਬਣਾਈ ਚਾਹ ਦੀ ਘੁੱਟ ਭਰ ਕੇ, ਚਾਦਰ ਦੀ ਬੁੱਕਲ ਮਾਰ ਕੇ, ਮੋਢੇ ਤੇ ਕਹੀ ਤੇ ਹੱਥ ਚ ਸੋਟੀ ਲੈ ਕੇ, ਪੈਰਾਂ ਚ ਟੁੱਟੀ ਜੁੱਤੀ ਪਾ ਕੇ ਘਰੋਂ ਤੁਰਨ ਲੱਗਿਆ, ਤਾਂ ਧੀ ਬਾਪੂ ਦੇ ਗਲ ਨੂੰ ਚਿੰਬੜ ਗਈ। ਬਾਪੂ, ਖਸਮਾਂ ਨੂੰ ਖਾਂਦੀ ਫਸਲ, ਕਿੰਨੀ ਠੰਡੀ ਹਵਾ, ਬਾਹਰ ਤਾਂ ਪਾਣੀ ਜੰਮ ਜਾਂਦਾ ਏ। ਬਾਪੂ, ਮੈਂ ਨੀ ਤੈਨੂੰ ਜਾਣ ਦਿੰਦੀ। ਪਿਓ ਦੀ ਧਾ ਨਿਕਲ ਗਈ। ਧੀਏ, ਧੀਆਂ ਦੇ ਮਾਪਿਆਂ ਨੂੰ ਕਿੱਥੇ ਆਰਾਮ, ਉਹ ਵੀ ਓਨਾ ਚਿਰ ਜਿੰਨਾ ਚਿਰ ਸਾਡਾ ਲਹੂ ਪਾਣੀ ਤੋਂ ਵੀ ਸਸਤਾ ਵਿਕਦਾ ਏ। ਪਿਤਾ ਨੂੰ ਮੌਤ ਦੇ ਮੂੰਹ ਵੱਲ ਤੋਰਨ ਦੀ ਦੋਸ਼ੀ ਬਣੀ ਖੜੀ ਧੀ ਬਾਪੂ ਦੇ ਗਲ ਚ ਬਾਹਾਂ ਪਾ ਕੇ ਇਉਂ ਕਹਿਣ ਲੱਗੀ ਆ।
ਜਾਣੇ ਪੁੱਤ ਮੁੱਲ ਨੂੰ ਲੱਗੇ ਵੇਖਣ ਨੂੰ ਬਥੇ